ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਦਾ ਵਲੋਗ ਕੀ ਹੈ, ਕੱਲ੍ਹ ਆਪਾਂ ਗਏ ਸੀਗੇ ਪੀਟੀ ਵਾਲੇ, ਅਤੇ ਉੱਥੇ ਆਪਣੇ ਸਮਾਨ ਪਾਸ ਨਹੀਂ ਆਇਆ ਅਤੇ ਦੋ ਤਿੰਨ ਆਈਟਮਾਂ ਲੈਣੀਆਂ ਸੀਗੀਆਂ, ਅਤੇ ਉਹ ਆਪਾਂ ਹੁਣ ਮਲੋਟ ਜਾਂਦੇ ਹਾਂ। ਅਤੇ ਮਲੋਟ ਆਪਾਂ ਦੇਖੀਏ, ਉਹਨੂੰ ਉੱਪੇ ਕੁਝ ਜਾਈਏ ਕਿ ਵਿੱਕੀ ਕੋਲ ਕਿ ਸੋਨੂੰ ਕੋਲ, ਉੱਥੋਂ ਜਾ ਕੇ ਆਪਾਂ ਦੇਣੇ ਹਾਂ, ਮਿਲਦਾ ਕਿ ਨਹੀਂ। ਵਲੋਗ ਨਾਲ ਬਣੇ ਰਹੋ ਅਤੇ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ, ਵੀਡੀਓ 'ਤੇ ਸਾਰੇ ਦਿਖਾਵਾਂਗੇ, ਇੰਜਨ ਉਂਜਨ ਕਿਹੜੇ ਕਿਹੜੇ ਪਏ ਆ ਸਾਰਾ ਕੁਛ ਦਿਖਾਵਾਂਗੇ। ਕਰ ਦਿਓ ਦੱਬ ਕੇ ਸ਼ੇਅਰ ਫਿਰ। ਲਓ ਜੀ, ਅਤੇ ਮੋਟਰਸਾਈਕਲ 'ਤੇ ਚੱਲੇ ਹਾਂ। ਆਹ ਸਾਡਾ ਖਾਲਸਾ ਡਰਾਈਵਰ ਆ। ਪਹੁੰਚ ਕੇ ਕਰਦੇ ਹਾਂ ਗੱਲਬਾਤ, ਦਿਖਾਵਾਂਗੇ ਤੁਹਾਨੂੰ ਇੰਜਨ ਉਂਜਨ ਕਿਹੜੇ ਕਿਹੜੇ ਪਏ ਆ ਅਤੇ ਕੀ ਮਾਡਲ ਆ, ਕੀ ਰੇਂਜ ਆ ਉਹਨਾਂ ਦੀਆਂ। ਅਤੇ ਸ਼ਾਰਟਕੱਟ ਜਾਂਦੇ, ਸ਼ਾਰਟਕੱਟ ਮੋਟਰਸਾਈਕਲ ਵੀ 10 ਅਤੇ 20 'ਤੇ ਆ। ਆਹ ਬੰਦਾ ਮੂੰਹ ਲੁਕਾਉਂਦਾ ਸੀਗਾ। ਸ਼ੋਪ ਇੱਧਰ ਆਉਣਗੀਆਂ, ਇੱਧਰਲੇ ਪਾਸੇ ਸ਼ੋਪ ਸਪੇਅਰ ਪਾਰਟ ਵਾਲੀਆਂ ਸਾਰੀਆਂ। ਉਹ ਤਾਂ ਇੱਥੋਂ ਲੈ ਕੇ ਆਇਆ ਸੀ ਮੈਂ ਇੰਜਨ। ਲਓ ਜੀ, ਡੀ ਆਈ ਦਾ ਇੰਜਣ ਇਹ, ਪਾਵਰ ਟਰੈਕ, ਫਾਰਮ ਟਰੈਕ, ਸੋਨਾਲੀਕਾ, ਇਹ ਵੀ ਇੱਧਰ ਪਾਵਰ ਟਰੈਕ। ਕੀ ਮਾਡਲ ਹੋਊਗਾ, ਕੀ ਮਾਡਲ ਹੋਊਗਾ? ਪੁਰਾਣਾ ਵਿੱਚ ਦੇ ਕੇ ਕਿੰਨੇ ਪੈਸੇ ਬਈ? ਪੈਸੇ ਬਈ ਦੱਸੂਗਾ ਸਰਦਾਰ। ਚੱਲਦੀ ਹਾਲਤ 'ਚ ਜਮਾਂ ਟਰੈਕਟਰ? ਟਰੈਕਟਰ ਚੱਲਦਾ ਮੌਕੇ ਦਾ, ਚੱਲਦੀ ਹੈ ਤਾਂ ਹੀ ਦਿਖਾਇਆ ਯਾਰ, ਕਮਾਲ ਦੇ ਬੰਦੇ। ਅੱਗੋਂ ਛਾਵਟ 'ਚ ਕਮਾਈ ਹੋਏ ਕਰਾ ਰਹੀਆਂ। ਕਮਾਈ ਅੱਗੋਂ ਇਹਦੇ ਪਲੇਟ ਲੱਗੀ ਹੋਗੀ ਮਾਡਲ ਵਾਲੀ ਦਾ, ਹੈ ਹੀ ਨਹੀਂ ਮਾਡਲ ਵਾਲੀ। ਇੱਕ ਤਾਂ ਹੋ ਗਿਆ, ਦੂਜਾ ਕਿਹੜਾ? ਉਹ ਡਬਲ ਕਲਰ ਇਹ ਹੈ ਜੇ ਸੀਜਰੀ ਆ ਵੀ ਹੈ ਨਹੀਂ, ਇਹ ਤਾਂ ਇਹਦਾ ਡਬਲ ਕਲੱਚ ਆ। 35 ਹੈ ਕਿ 55 ਦੇ ਆ? ਹਾਂ
ਇਹਦਾ ਇਕੱਲਾ ਉਹੀ ਹੈ, ਪੰਜ ਗੇਰਾਂ ਵਾਲਾ ਹੀ ਹੈ, ਹੈ ਨਾ, ਛਿਝਰੀ ਹੈ ਨਹੀਂ, ਹੈ ਨਾ, ਇਹਦੇ ਤੋਂ ਗਰਾਰੀ ਪਾਉਣੀ ਪਊਗੀ, ਸ਼ਾਫਟ ਗਰਾਰੀ, ਹੈ ਨਾ, ਇਹਦੇ ਖਾਨਾ ਜਿਹਾ ਤਾਂ ਹੈਗਾ। ਇਹ 35 ਹੈ ਡਬਲ ਕਲੱਚ ਕਿ 855 ਦਾ, 1993 ਤਾਂ ਇਹ ਨਹੀਂ ਡਬਲ ਕਲੱਚ, 855 ਦਾ, ਤਾਂ ਹੀ ਤੈਨੂੰ ਆਖੀ ਜਾਂਦਾ ਮੈਂ ਯਾਰ, 855 ਦਾ। ਹੁਣ ਆ 2 ਗੇਰਾਂ ਦਾ ਪੁੱਛਣਾ ਉਹਨੂੰ ਰੇਟ, ਠੀਕ ਹੈ ਚੱਲ। ਲਓ ਜੀ ਕਰੋ ਚੈੱਕ ਇੰਜਣ, DI ਸਵਰਾਜ ਪਰੇ ਪਏ, ਲਓ ਜੀ ਆਹ ਪਈਆਂ ਸਿਲੰਡਰ ਕਿੱਟਾਂ ਅਤੇ ਉਹ ਪਏ ਬੈਰਿੰਗ, ਅਤੇ ਆਹ ਪਈਆਂ ਫੱਟੀਆਂ, ਕਿਹੜੇ ਲੈ ਆਉਣਾ? ਕਿਹੜਾ ਮਾਡਲ ਪੁਰਾਣਾ ਆਪਣਾ? 1997 ਪੁਰਾਣਾ ਮਾਡਲ, ਇੱਕ ਤਾਂ ਵੱਡੇ ਆਉਂਦੇ ਉਹ ਛੋਟੇ ਆ ਪੈਂਟ, ਸਾਰੀਆਂ ਆਈਟਮਾਂ ਮਿਲਣਗੀਆਂ ਲੋਹਾਈ ਵਾਲੇ ਪਏ ਪੁਰਜੇ, ਆਹ ਪਲੇਟਾਂ ਪਈਆਂ ਬਰੇਕਾਂ ਦੀਆਂ, ਫੋਰਡ ਦੀਆਂ, ਫਾਰਮ ਦੀਆਂ, ਸਵਰਾਜ ਦੀਆਂ, DI ਦੀਆਂ, ਹੈਡ ਪਏ ਸਵਰਾਜ ਦੇ ਇੱਧਰ, ਦਾ ਦੂਜਾ ਹੁੰਦਾ ਉਹ ਪਿਆ ਵੱਡਾ ਹੁੰਦਾ, ਉਹਦਾ 855 ਦੇ ਇੱਥੇ ਗੋਲੀ ਦੂਜੀ ਲੱਗੀ ਹੁੰਦੀ ਹੈ, ਉਹ ਆ 855 ਥੱਲੇ ਜਿਹੜਾ 13 ਨੰਬਰ ਦਾ ਨਟ ਨਹੀਂ ਕਸਿਆ ਵਾ, ਇੱਧਰਲੇ ਪਾਸੇ ਲਾ ਕੇ ਦੇਖ ਲਾ ਬਾਈ ਯਾਰ, ਨਹੀਂ ਨਹੀਂ ਐਂ ਘੁਮਾ ਕੇ ਲਾ ਲਾ ਨਾ, ਬਰਾਬਰ ਹੀ ਆ ਜਾਣਗੇ, ਹਾਂ ਬਸ ਉਹ ਪਈਆਂ DI ਦੀਆਂ ਕੇਜਾਂ, ਕਰੋ ਚੱਕ ਸਪੇਅਰ ਪਾਰਟ, ਇੰਜਨ ਬਹੁਤ ਜਗਾੜ ਮਿੰਟ, ਚਲੋ ਜੀ ਫਿਰ ਚੱਲਦੇ ਕਰੋ।
ਮੁਕਤਸਰ ਵਾਲਾ ਬਾਈਪਾਸ ਬਣੀ ਜਾਂਦਾ ਇੱਥੇ ਮਲੋਟ ਰੋਡ 'ਤੇ, ਅਤੇ ਜਿਨ੍ਹਾਂ ਨੇ ਮੁਕਤਸਰ ਜਾਣਾ ਹੋਵੇ ਅਤੇ ਉਹਨਾਂ ਨੂੰ ਮਲੋਟ ਜਾਣ ਦੀ ਲੋੜ ਨਹੀਂ, ਜਾਂ ਬਾਈਪਾਸ ਹਜੇ ਰੈਡੀ ਨਹੀਂ ਹੋਇਆ ਅਤੇ ਬਣੀ ਜਾਂਦਾ ਹਜੇ। ਇਹ ਮੁਕਤਸਰ ਬਾਈਪਾਸ ਉਹ ਜੀ ਉਹ ਕਰ ਦਿਓ ਦੱਬ ਕੇ ਸ਼ੇਅਰ ਵੀਡੀਓ ਨੂੰ, ਮਿਲਦੇ ਹਾਂ ਫਿਰ ਇੱਕ ਹੋਰ ਨਵੀਂ ਵੀਡੀਓ ਦੇ ਨਾਲ।